ਪੱਗਾ ਬਨਬੰਨ ਕੇ ਕਰਨਾ ਉਹਨਾਂ ਦਾ ਇੱਕ ਦੇਖੋ ਧੰਦਾ। ਅਕਸ਼ੇ ਕੁਮਾਰ ਨੇ ਸਿੰਘ 'ਚ ਕਿੰਗ ਫਿਲਮ ਬਣਾਈ, ਕਿੰਨਾ ਪਿਆਰ ਦਿੱਤਾ। ਸਾਰਾ ਗੜੀ 'ਤੇ ਫਿਲਮ ਬਣਾਈ, ਅੱਜ ਉਹਨਾਂ ਬੰਦੇ ਨੇ ਸਾਡੇ ਲਈ ਹਾਂ ਦਾ ਨਾਰਾ ਨਹੀਂ ਮਾਰਿਆ। ਅਕਸ਼ੇ ਕੁਮਾਰ ਟੀਵੀ 'ਤੇ ਆਉਂਦਾ, ਉਹ ਜਾ ਕੇ ਟੋਇਲਟ 'ਚ ਕਹਿੰਦਾ ਜੀ ਦੇਖੋ ਤੁਸੀਂ ਆਹ ਟੋਇਲਟ ਦੇ ਵਿੱਚ ਜਿਹੜਾ ਟੋਇਲਟ ਕਲੀਨਰ ਪਾਇਆ ਅਤੇ ਉਹਦੇ ਨਾਲ ਸਾਡੀ ਥੋੜ੍ਹੀ ਟੋਇਲਟ ਸਾਫ਼ ਹੋ ਗਈ। ਉਹਨੇ ਵਨ ਟਾਈਮ ਦਾ ਸ਼ੂਟਿੰਗ ਦਾ 20 ਕਰੋੜ ਰੁਪਇਆ ਲਿਆ। 500 ਕਰੋੜ ਰੁਪਇਆ ਭਾਰਤ ਇੰਡੀਆ ਇੱਕ ਟੋਇਲਟ ਕਲੀਨਰ ਦੇ ਉੱਤੇ ਐਡ ਦਾ ਦਿੰਦਾ ਹਰ ਮਹੀਨੇ, ਗੋਦੀ ਮੀਡੀਆ ਅਤੇ ਕਾਰਪੋਰੇਟਰ ਨੂੰ ਜਾਂਦਾ। ਇੱਕ ਪੰਪ ਦੀ ਐਡ ਆਉਂਦਾ ਅਮਿਤਾਭ ਬੱਚਨ ਕਰਦਾ, ਕਹਿੰਦਾ ਸ਼ਕਤੀ ਪੰਪ ਬਹੁਤ ਵਧੀਆ ਪੰਪ। ਕਦੇ ਅਮਿਤਾਭ ਬੱਚਨ ਨੇ ਜਾ ਕੇ ਪੰਪ ਲਾਇਆ? ਇੰਡੀਅਨ ਤੰਬਾਕੂ ਕੰਪਨੀ ਸਾਨੂੰ ਆਟਾ ਦਿੰਦੀ ਹੈ 18 ਰੁਪਏ ਕਣਕ ਦਾ, 36 ਰੁਪਏ ਕਿਲੋ। ਸਾਨੂੰ ਅੱਜ ਪਛਾਣਨਾ ਪੈਣਾ ਵੀ ਸਾਡਾ ਅਸਲ ਦੁਸ਼ਮਣ ਕੌਣ ਹੈ। ਜਿਸ ਦਿਨ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ ਨਾ, ਲੜਾਈ ਸਾਡੀ ਉਸ ਦਿਨ ਸ਼ੁਰੂ ਹੋਣੀ ਹੈ। ਜਿਹੜੀ ਤੁਹਾਨੂੰ ਟੋਇਲਟ ਕਲੀਨਰ ਦੀ ਗੱਲ ਕਰਦਾ, 30 ਰੁਪਏ ਦੇ ਵਿੱਚ ਬਣ ਜਾਂਦਾ। ਜੇ ਤੁਸੀਂ GST ਵੀ ਲਾ ਲਓ, ਉਹ 'ਚ ਲੋਕਲ ਕਮਿਸ਼ਨ ਵੀ ਲਾ ਲਓ, ਤਾਂ 45 ਰੁਪਇਆਂ ਦਾ ਇੱਕ ਬੰਦੇ ਨੂੰ ਦਿੱਤਾ ਜਾ ਸਕਦਾ। ਕਿਸਾਨ ਨਮਕ ਨੂੰ ਛੱਡ ਕੇ ਹਰ ਚੀਜ਼ ਪੈਦਾ ਕਰ ਸਕਦਾ। ਨੌਜਵਾਨਾਂ ਨੂੰ ਮੈਸੇਜ ਦੇ ਰਿਹਾ ਕਿ ਹਰ ਪਿੰਡ ਦੇ ਵਿੱਚ ਇੱਕ ਕਿਸਾਨ ਹੱਟ ਖੋਲੋ। ਵੀਰ ਜੀ, ਅੱਧੇ ਰੇਟ 'ਤੇ ਤੁਹਾਨੂੰ ਸਮਾਨ ਮਿਲੂਗਾ, ਜਿਹਦੇ ਨਾਲ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਗਰੀਬ ਮਜ਼ਦੂਰ ਲੋਕ ਅਤੇ ਇਹਨਾਂ ਦੀ ਜੇਬ 'ਚੋਂ ਜਾਣਾ ਬੰਦ ਹੋ ਜਾਊਗਾ। ਇਹਦਾ ਹੱਲ ਇਹ ਆ ਵੀ ਸਾਰੇ ਪ੍ਰੋਡਕਟ ਅਸੀਂ ਤਿਆਰ ਕਰ ਸਕਦੇ ਹਾਂ। ਕਿਸਾਨ ਬਚਾਓ, ਦੇਸ਼ ਬਚਾਓ, ਕਾਰਪੋਰੇਟ ਪਹੁੰਚਾਓ, ਪਬਲਿਕ ਸੈਕਟਰ ਲੈ ਕੇ ਆਓ, ਅਤੇ ਉਹਦੇ ਵਿੱਚ ਖਰਚਾ ਕਿੰਨਾ ਪੈਣਾ? ਵੱਧ ਤੋਂ ਵੱਧ 15% ਜਾਂ 20%, ਅਤੇ ਜਿਹੜਾ ਅੱਜ ਅਸੀਂ 150% ਦੇ ਰਹੇ ਹਾਂ। ਜੇ ਤੁਸੀਂ ਇਹਨਾਂ ਦੀ ਕਮਰ ਤੋੜਨੀ ਹੈ ਨਾ, ਕਿਸਾਨ ਆਪਣੀ ਚੀਜ਼ ਆਪ ਵੇਚੇ। ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਇਹ ਸੋਚ ਲਓ ਇੱਕ ਧਿਰ ਬਣਨਾ ਕਿ ਅਸੀਂ ਇਕੱਲੇ ਇਕੱਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਤੋਂ ਕੁੱਟ ਖਾਣੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਸਮੇਂ ਅਸੀਂ ਮੌਜੂਦ ਹਾਂ ਸਿੰਘੂ ਬਾਰਡਰ 'ਤੇ। ਇੱਕ ਭਾਈ ਸਾਹਿਬ ਪਰਚੇ ਵੰਡ ਰਹੇ ਸੀ ਆਪਣੀ ਗੱਡੀ ਦੇ ਵਿੱਚੋਂ, ਜਿੱਥੇ ਲਿਖਿਆ ਸੀ ਕਿ ਕਿਸਾਨ ਹੱਟ। ਇਸ ਵਿੱਚ ਕੁਛ ਗੱਲਾਂ ਲਿਖੀਆਂ ਗਈਆਂ ਨੇ ਵੀ ਕਿਸ ਤਰੀਕੇ ਨਾਲ ਜੋ ਕਾਰਪੋਰੇਟ ਘਰਾਣੇ ਨੇ ਉਹ ਲੁੱਟ ਕਰਦੇ ਨੇ। ਇੰਗਲਿਸ਼ 'ਚ ਵੀ ਪਰਚਾ, ਹਿੰਦੀ ਵਿੱਚ ਵੀ ਹੈ ਅਤੇ ਪੰਜਾਬੀ ਵਿੱਚ ਵੀ ਹੈ। ਤੁਸੀਂ ਇਹ ਬੈਨਰ ਵੀ ਦੇਖ ਰਹੇ ਹੋ, ਇੱਕ ਕਿਸਾਨ ਹੱਟ ਦਾ, ਜਿਸ ਵਿੱਚ ਲਿਖਿਆ ਗਿਆ ਪੰਜਾਬ ਅਤੇ ਹਰਿਆਣੇ ਦੇ ਕਿੰਨੇ ਪਿੰਡ ਨੇ, ਕਿਸ ਤਰੀਕੇ ਨਾਲ ਉਹਨਾਂ ਦੀ ਆਬਾਦੀ ਹੈ, ਕਿੰਨਾ ਖਰਚਾ ਹੁੰਦਾ, ਇੱਕ ਵਿਅਕਤੀ ਦੀ ਕਿੰਨੀ ਆਮਦਨ ਹੈ, ਜਿਹੜੇ ਐਡ ਦਿੰਦੇ ਨੇ ਕੰਪਨੀਆਂ ਕਾਰਪੋਰੇਟ ਘਰਾਣੇ ਵਾਲੇ ਐਡ ਦਿੰਦੇ ਨੇ, ਕਿੰਨੇ ਦੀ ਐਡ ਜਾਂਦੀ ਹੈ, ਕਿੰਨੇ 1,000 ਕਰੋੜ ਰੁਪਇਆ ਮਿਲਦਾ, ਸਾਰਾ ਕੁਛ ਕੁਛ ਇਹ ਭਾਈ ਸਾਹਿਬ ਨੇ ਐਕਸਪਲੇਨ ਕੀਤਾ ਹੋਇਆ ਸੀ। ਆਪਾਂ ਭਾਈ ਕੋਲ ਜਾਣਾਂਗੇ, ਲੁਧਿਆਣੇ ਤੋਂ ਆਏ ਨੇ, ਔਰ ਇੱਕ ਚੀਜ਼ ਮੈਂ ਉਹ ਦਿਖਾ ਦਾਂ, ਕੈਮਰਾ ਮੈਨੂੰ ਕਹੂੰਗਾ ਕਿ ਇਹ ਵੀ ਦਿਖਾ ਦੇਣ। ਜਿਸ ਤਰੀਕੇ ਨਾਲ ਇੱਕ ਇਹ ਵੀ ਪ੍ਰੋਡਕਟ ਬਾਰੇ ਦੱਸਿਆ ਗਿਆ ਕਿ ਫਿਲਮੀ ਐਕਟਰ ਦੀ ਜਿਹੜੀ 1 ਸਾਲ ਦਾ ਖਰਚਾ ਉਹ 20 ਕਰੋੜ ਰੁਪਇਆ, ਇੱਕ ਐਕਟਰ ਦੇ ਇੱਕ ਐਡ ਦਾ, 1 ਸਾਲ ਦਾ ਨਹੀਂ, ਇੱਕ ਐਡ ਦਾ ਖਰਚਾ 20 ਕਰੋੜ ਰੁਪਇਆ। ਗੋਦੀ ਮੀਡੀਆ 20 ਸੈਕਿੰਡ ਦੇ ਜਿਹੜੇ ਪੈਸੇ ਲੈਂਦਾ ਉਹ 10 ਰੁਪਏ ਲੈਂਦਾ ਪਰ ਸੈਕਿੰਡ, 10 ਸੈਕਿੰਡ ਇੱਕ ਚੈਨਲ 'ਤੇ 100 ਵਾਰ ਦਿਖਾਉਣ ਦੇ ਲਈ ਮਲਟੀਪਲਾਈ ਕੀਤਾ ਆ। ਅਤੇ ਜਿਸ ਕਿ ਤੁਸੀਂ ਟੋਟਲ ਸਾਰਾ ਖਰਚਾ ਦੇਖਦੇ ਹੋ, ਭਾਈ ਸਾਹਿਬ ਨੇ ਲਿਖਿਆ, ਤਾਂ ਇੱਕ ਇੱਕ ਕਰਕੇ ਆਪਾਂ ਗੱਲ ਜਾਣਾਂਗੇ, ਆਪਾਂ ਉਹ ਵੀਰ ਨਾਲ ਗੱਲਬਾਤ ਕਰਨੇ ਆ। ਭਾਈ ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਭਾਈ ਦਾ ਨਾਮ ਕੀ ਹੈ? ਜਗਦੇਵ ਸਿੰਘ ਖਾਲਸਾ। ਭਾਈ ਇਹਦਾ ਮਤਲਬ ਸਮਝਾਓ, ਪਹਿਲਾਂ ਸ਼ੁਰੂ 'ਚ ਆਪਾਂ ਸਮਝਾਂਗੇ ਕਿ ਫਿਲਮੀ ਐਕਟਰ ਕਾ ਇੱਕ ਸਾਲ ਕਾ ਖਰਚਾ 20 ਕਰੋੜ ਰੁਪਏ, ਇਹ ਕਿਉਂ ਲਿਖਿਆ, ਇਹ ਕਿਸ ਤਰੀਕੇ ਤੁਸੀਂ ਜਾਗਰੂਕ ਕਰ ਰਹੇ ਹੋ? ਵੀਰ ਜੀ, ਇੱਕ ਐਕਟਰ ਆਉਂਦਾ, ਗੋਦੀ ਮੀਡੀਆ ਦਾ ਬਹੁਤ ਯਾਰ ਹੈ, ਆਪਾਂ ਉਹਦਾ ਨਾਮ ਹੀ ਲੈ ਦਿੰਦੇ, ਅਕਸ਼ੇ ਕੁਮਾਰ ਟੀਵੀ 'ਤੇ ਆਉਂਦਾ, ਉਹ ਤੁਹਾਡੀ ਟੋਇਲਟ ਵਿੱਚ ਜਾਂਦਾ। ਉਹ ਜਾ ਕੇ ਟੋਇਲਟ 'ਚ ਕਹਿੰਦਾ ਜੀ ਦੇਖੋ ਤੁਸੀਂ ਆਹ ਟੋਇਲਟ ਦੇ ਵਿੱਚ ਜਿਹੜਾ ਟੋਇਲਟ ਕਲੀਨਰ ਪਾਇਆ ਅਤੇ ਉਹਦੇ ਨਾਲ ਸਾਡੀ ਥੋੜ੍ਹੀ ਟੋਇਲਟ ਸਾਫ਼ ਹੋ ਗਈ। ਉਹਨੇ 1 ਟਾਈਮ ਦਾ ਸ਼ੂਟਿੰਗ ਦਾ 20 ਕਰੋੜ ਰੁਪਇਆ ਲਿਆ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਤੁਸੀਂ ਵੱਡੇ ਚੈਨਲ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਹਾਂ, ਸਾਨੂੰ ਸਾਡੇ ਜਿਹੜੇ ਨੌਜਵਾਨ ਹੈ ਉਹ ਕਹਿ ਰਹੇ ਆ ਵੀ ਤੁਸੀਂ ਬਹਿਸ਼ਕਾਰ ਕਰੋ ਗੋਦੀ ਮੀਡੀਆ ਦਾ, ਮੈਂ ਇਹਦੇ ਵਿੱਚ ਇੱਕ ਕੈਲਕੂਲੇਸ਼ਨ ਲੈ ਕੇ ਆਇਆ, 20 ਸੈਕਿੰਡ ਦਾ 10,000 ਰੁਪਇਆ ਵੱਡੇ ਚੈਨਲ ਲੈਂਦੇ ਆ, ਜਿਹਦੇ ਵਿੱਚ ਤੁਹਾਡੇ ਗੋਦੀ ਮੀਡੀਆ ਦੇ ਸਾਰੇ ਚੈਨਲ ਆਉਂਦੇ ਨੇ। ਜੇਕਰ ਆਪਾਂ ਮੰਨ ਕੇ ਚੱਲੀਏ ਵੀ ਇਹ 100 ਵਾਰੀ ਜੋ ਵਿਖਾਉਂਦੇ ਨੇ ਉਹਨੂੰ ਐਡ ਨੂੰ, ਤਾਂ ਇੱਕ ਦਿਨ ਦਾ ਇੱਕ ਚੈਨਲ 10 ਲੱਖ ਰੁਪਇਆ ਇੱਕ ਟੋਇਲਟ ਕਲੀਨਰ ਦਾ ਲੈ ਲੈਂਦਾ, ਤਾਂ ਮਹੀਨੇ ਦਾ ਕਿੰਨਾ ਹੋ ਗਿਆ ਜੀ ਤੁਹਾਡਾ? ਮਹੀਨੇ ਦਾ 30 ਕਰੋੜ ਹੋ ਗਿਆ। ਅਤੇ ਜੇਕਰ ਮੰਨ ਕੇ ਚੱਲੀਏ ਵੀ 1 ਸਾਲ ਦੇ ਵਿੱਚ 360 ਕਰੋੜ ਰੁਪਇਆ ਭਾਰਤੀ ਲੋਕ ਇਕੱਲੇ ਟੋਇਲਟ ਕਲੀਨਰ ਦੇ ਭਰਦੇ ਨੇ, ਨਾਲ ਅਸੀਂ ਲਿਖਿਆ ਛੋਟੇ ਚੈਨਲ ਇਸ਼ਤਿਹਾਰਬਾਜ਼ੀ 120 ਕਰੋੜ 500 ਕਰੋੜ ਰੁਪਇਆ ਭਾਰਤ ਇੰਡੀਆ ਇੱਕ ਟੋਇਲਟ ਕਲੀਨਰ ਦੇ ਉੱਤੇ ਐਡ ਦਾ ਦਿੰਦਾ। ਤੁਸੀਂ ਕਹਿੰਦੇ ਹੋ ਗੋਦੀ ਮੀਡੀਆ ਦਾ ਬਹਿਸ਼ਕਾਰ ਕਰਦੇ ਹੋ, ਮਹਾਰਾਜ ਅਸੀਂ ਇਨਡਾਇਰੈਕਟ ਵੇ ਦੇ ਨਾਲ ਅਸੀਂ ਆਹ ਇੱਕ ਹੋਰ ਚੀਜ਼ ਲਿਖੀ ਆ ਤੁਹਾਨੂੂੰ ਦਿਖਾਉਂਦੇ ਹਾਂ। ਤੁਸੀਂ ਹੁਣ ਜਿਸ ਫਿਲਮੀ ਸਟਾਰ ਦਾ ਨਾਮ ਲੈਦੇ ਹੋ ਉਹਦਾ ਅਧਿਕਾਰ ਬਣਦਾ ਐਡ ਦੇ ਸਕਦੇ, ਆਪਾਂ ਰੋਕ ਨਹੀਂ ਸਕਦੇ? ਉਹਦਾ ਅਧਿਕਾਰ ਤਾਂ ਬਣਦਾ, ਪਰ ਸਾਡਾ ਅਧਿਕਾਰ ਵੀ ਤਾਂ ਬਣਦਾ ਨਾ ਵੀ ਅਸੀਂ ਲੋਕਾਂ ਨੂੰ ਦੱਸੀਏ ਵੀ ਜਿਹੜੀ ਉਹ ਚੀਜ਼ ਦੇ ਟੀਵੀ ਉੱਤੇ ਐਡ ਆ ਰਹੀ ਆ ਉਹਨਾਂ ਨੇ ਸਾਡੇ ਕਿਸਾਨ ਦੇ ਲਈ ਹਾਦਾ ਉਹਨਾਂ ਦਾ ਵੀ ਨਹੀਂ ਮਾਰਿਆ। ਹਰ ਦੁਕਾਨ ਦੇ ਵਿੱਚ ਉਹ ਪ੍ਰੋਡਕਟ ਪਏ ਆ ਐਡ ਵਾਲੇ, ਅੱਜ ਕਿਸੇ ਵੀ ਦੁਕਾਨ ਦੇ ਵਿੱਚ ਤੁਸੀਂ ਦੇਖੋ ਮੈਕਸੀਮਮ ਕਿਸਾਨ ਇੱਥੇ ਰੁਲ ਰਿਹਾ, ਬੱਚੇ ਨਿੱਕੇ ਨਿੱਕੇ ਰੁਲ ਰਹੇ ਨੇ, ਸਾਡੇ 42 ਸਾਡੇ ਕਿਸਾਨ ਸ਼ਹੀਦ ਹੋ ਚੁੱਕੇ ਨੇ, ਅਤੇ ਦੁਕਾਨਾਂ ਵਾਲਿਆਂ ਨੇ ਇਹ ਵੀ ਨਹੀਂ ਲਿਖ ਕੇ ਲਾਇਆ ਨੋ ਫਾਰਮਰ ਨੋ ਫੂਡ, ਇੰਨੀ ਗੱਲ ਵੀ ਨਹੀਂ ਲਿਖ ਕੇ ਲਾ ਸਕੇ ਅਸੀਂ ਉਹਨਾਂ ਤੋਂ ਸਮਾਨ ਲਵਾਂਗੇ ਅਸੀਂ ਇੱਥੋਂ ਜਦੋਂ ਜਾਵਾਂਗੇ ਅੰਦੋਲਨ ਦੇ ਵਿੱਚ। ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਜੋ ਤੁਸੀਂ ਮੈਨੂੰ ਸਵਾਲ ਰੱਖਿਆ, ਵੀਰ ਜੀ ਇਹਦਾ ਇੱਕ ਪ੍ਰੋਡਕਟ ਹੈ, ਇੱਕ ਪ੍ਰੋਡਕਟ 'ਤੇ 500 ਕਰੋੜ ਸਾਡਾ ਐਡ ਦਾ ਜਾ ਰਿਹਾ, ਉਹੀ ਸਾਨੂੰ ਆਤੰਕਵਾਦੀ ਦੱਸ ਰਿਹਾ, ਉਹੀ ਸਾਨੂੰ
ਨਹੀਂ ਦੱਸ ਰਿਹਾ, ਉਹੀ ਸਾਨੂੰ ਟੈਰਰਿਸਟ ਦੱਸ ਰਿਹਾ। ਜੇਕਰ ਤੁਹਾਨੂੰ ਚੈਨਲ ਦੀ ਗੱਲ ਕਰ ਰਹੇ ਹੋ, ਗੋਦੀ ਮੀਡੀਆ ਦੇ ਕਰ ਰਹੇ ਹਾਂ, ਤਾਂ ਜਿਹੜੇ ਛੋਟੇ ਚੈਨਲ ਆ ਤੁਹਾਡੇ ਵਰਗੇ ਵੀਰ ਆ, ਇਹਨਾਂ ਨੇ ਕਿਸਾਨਾਂ ਦੀ ਗੱਲ ਨੂੰ ਪੂਰੇ ਦੁਨੀਆ ਵਿੱਚ ਪਹੁੰਚਾਇਆ। ਛੋਟੇ ਚੈਨਲਾਂ ਨੇ, ਅਗਰ ਸੋਸ਼ਲ ਮੀਡੀਆ ਦੇ ਛੋਟੇ ਚੈਨਲ ਨਾ ਹੁੰਦੇ ਤਾਂ ਸਾਡੀ ਗੱਲ ਜਾਣੀ ਨਹੀਂ ਸੀ ਦੁਨੀਆ ਤੱਕ। ਅੱਜ ਸਾਡੀ ਗੱਲ ਜਿਹੜੀ ਜਾ ਰਹੀ ਹੈ, ਉਹ ਤਾਂ ਸਾਡੇ 'ਤੇ ਆ ਕੇ, ਮੈਂ ਵੇਖਿਆ ਉਹ ਇੱਕ ਟਕੈਤ ਜੀ ਆਪਣੇ ਕਿਸਾਨ ਆਗੂ ਹੈ, ਉਹ GTV ਵਾਲੀਆਂ ਕਿੱਦਾਂ ਕਰ ਰਹੀਆਂ ਸੀ, ਉਹਨਾਂ ਨਾਲ ਕਿੱਦਾਂ ਦੇ ਲੱਛਣ ਕਰ ਰਹੇ ਨੇ ਲੋਕ। ਪਰ ਮੈਂ ਇਹ ਗੱਲ ਦੱਸਣੀ ਚਾਹੁੰਦਾ ਪੂਰੇ ਭਾਰਤ ਦੇ, ਪੂਰੇ ਵਰਲਡ ਦੇ ਲੋਕਾਂ ਨੂੰ ਕਿ ਭਾਈ ਜੇਕਰ ਤੁਸੀਂ ਬੱਚਣਾ ਦੇ ਅੱਖਾਂ ਖੋਲੋ, ਕਾਰਪੋਰੇਟ ਦੀਆਂ 3 ਕੰਪਨੀਆਂ ਨਹੀਂ ਹੈ। ਜੇ ਤੁਸੀਂ ਅੰਬਾਨੀ ਅਡਾਨੀ ਦੀ ਗੱਲ ਕਰੋ ਵੀ ਅੰਬਾਨੀ ਅਡਾਨੀ ਹੈ, ਅੰਬਾਨੀ ਅਡਾਨੀ 2 ਨਹੀਂ ਹੈ, ਰਾਮਦੇਵ 3 ਨਾਲ ਗੱਲ ਨਹੀਂ ਬਣੀ, 500 ਕੰਪਨੀ ਕਾਰਪੋਰੇਟ ਦੀ ਹੈ। ਇੱਕ ਕੰਪਨੀ ਆਟਾ ਬਣਾਉਂਦੀ ਹੈ, ਮੈਂ ਨਾਮ ਹੀ ਲਾ ਦਿੰਦਾ, ਆਸ਼ੀਰਵਾਦ ਆਟਾ। ਮੈਨੂੰ ਦੱਸੋ ਕਿੰਨੇ ਨੌਜਵਾਨਾਂ 'ਚ ਖੜਿਆਂ ਨੂੰ ਪਤਾ ਵੀ ਉਹ ਕਿਹੜੀ ਕੰਪਨੀ ਦਾ ਆਟਾ, ਦੱਸੋ ਮੈਨੂੰ ਤੁਸੀਂ ਜਵਾਬ ਦਿਓ। ਮੀਡੀਆ ਵਾਲੇ ਤੁਸੀਂ ਦੱਸੋ ਕਿਹੜੀ ਕੰਪਨੀ ਉਹਨੂੰ ਬਣਾਉਂਦੀ ਹੈ, ਕਿਸੇ ਕੋਲ ਕੋਈ ਜਵਾਬ ਹੈ ਮੇਰੀ ਗੱਲ ਦਾ? ਉੱਥੇ ਪੜ੍ਹਿਓ, ਉੱਥੇ ਲਿਖਿਆ ਹੁੰਦਾ ITC ਇੰਡੀਅਨ ਤੰਬਾਕੂ ਕੰਪਨੀ ਸਾਨੂੰ ਆਟਾ ਦਿੰਦੀ ਹੈ 18 ਰੁਪਏ ਕਣਕ ਦਾ, 36 ਰੁਪਏ ਕਿਲੋ, ਔਰ ਭਾਰਤ ਨਹੀਂ ਵਿਦੇਸ਼ਾਂ ਦੇ ਵਿੱਚ 1 ਨੰਬਰ ਦੇ ਉੱਤੇ ਆਟਾ ਵਿਕਦਾ। ਤਾਂ ਜੇ ਅਸੀਂ ਇਹਨਾਂ ਦਾ ਜੂੜ ਹੁਣ ਵੱਢਣਾ ਤਾਂ ਸਾਰਿਆਂ ਦਾ ਹੀ ਵੱਢਣਾ ਪੈਣਾ। ਅਸੀਂ ਇਹ ਬੇਨਤੀ ਕਰਨ ਵਾਸਤੇ ਇਹ ਬਣਾਏ ਨੇ ਪੋਸਟ ਕਿ ਭਾਈ ਪੰਜਾਬ ਅਤੇ ਹਰਿਆਣਾ। ਅਗਲੀ ਗੱਲ ਵੀ ਜੀ ਕੋਈ ਪੁੱਛਣੀ ਹੈ ਕਿ ਮੈਂ ਅਗਲੀ ਗੱਲ ਦੱਸਾਂ? ਨਹੀਂ, ਮੈਨੂੰ ਇਹ ਦੱਸੋ ਤੁਸੀਂ ਹੁਣ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਫਿਲਮੀ ਸਟਾਰ ਨੇ ਪੈਸੇ ਲੈਂਦਾ, ਠੀਕ ਹੈ ਜੀ, ਕਿੰਨਾ ਤੁਸੀਂ ਬਜਟ ਮੰਨਦੇ ਹੋ ਇੱਕ ਫਿਲਮੀ ਸਟਾਰ ਦਾ ਹੁੰਦਾ, ਕਿਸ ਤਰ੍ਹਾਂ ਐਡ 'ਚ ਖਰਚਾ ਹੁੰਦਾ, ਪਰ ਸੈਕਿੰਡ ਦੀ ਵੀ ਗੱਲ ਕਰ ਰਹੇ ਹੋ ਤੁਸੀਂ ਵੀ 5 ਸੈਕਿੰਡ ਦੇ ਇੰਨੇ ਪੈਸੇ ਲੱਗਦੇ ਨੇ? ਵੀਰ ਜੀ ਇੱਕ ਦੇਖੋ, ਅਲੱਗ ਅਲੱਗ ਐਕਟਰ ਹੈ, ਦੇਖੋ ਜਿਵੇਂ ਕੋਈ ਛੋਟਾ ਐਕਟਰ ਉਹਦਾ ਛੋਟਾ ਬਜਟ ਹੈਗਾ, ਜਿਹੜਾ ਵੱਡਾ ਉਹਦਾ ਵੱਡਾ, ਸਭ ਤੋਂ ਜ਼ਿਆਦਾ ਬਜਟ ਜਿਹੜਾ ਅਮਿਤਾਭ ਬੱਚਨ ਦਾ ਅਤੇ ਸਚਿਨ ਤੇਂਦੁਲਕਰ ਦਾ, ਜਿਹੜੇ ਕਿ ਸਭ ਤੋਂ 50-50 ਕਰੋੜ ਵੀ ਇੱਕ ਐਡ ਦੇ ਲੈਂਦੇ ਨੇ, ਉਹ TV ਉੱਤੇ ਆਉਂਦੇ ਨੇ। ਇੱਕ ਪੰਪ ਦੀ ਐਡ ਆਉਂਦਾ ਅਮਿਤਾਭ ਬੱਚਨ ਕਰਦਾ, ਕਹਿੰਦਾ ਸ਼ਕਤੀ ਪੰਪ, ਬਹੁਤ ਵਧੀਆ ਪੰਪ। ਕਦੇ ਅਮਿਤਾਭ ਬੱਚਨ ਨੇ ਜਾ ਕੇ ਪੰਪ ਲਾਇਆ? ਮੈਨੂੰ ਦੱਸੋ ਕਦੇ ਉਹਨੇ ਬੋਰ ਕੀਤਾ? ਬੋਰ ਕਰਨਾ ਕਿ ਕਿਸਾਨ ਨੂੰ ਪਤਾ, ਅੱਜ 50-50 ਕਰੋੜ ਰੁਪਇਆ ਲੈ ਕੇ ਟੈਲੀਵਿਜ਼ਨਾਂ ਦੇ ਉੱਤੇ ਆ ਕੇ ਅਤੇ ਅਸੀਂ ਕਹਿੰਦੇ ਜੀ ਪੰਪ ਬਹੁਤ ਵਧੀਆ, ਤੜਕੇ ਉੱਠਦੇ ਹਾਂ ਅਸੀਂ, ਸਾਡੇ ਦਿਮਾਗ ਦੇ ਵਿੱਚ ਗੋਦੀ ਮੀਡੀਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਚੀਜ਼ ਪਾਈ ਜਾਂਦਾ ਸੀ ਉਹੀ ਖਰੀਦ ਰਹੇ ਹਾਂ। ਮੈਨੂੰ ਸਵਾਲ ਕੀਤਾ ਲੋਕਾਂ ਨੇ, ਕਹਿੰਦੇ ਜੀ ਤੁਸੀਂ ਕਿਸਾਨ ਹੱਟ ਨੂੰ ਅਸੀਂ ਕਿਉਂ ਲੈ ਕੇ ਆਏ ਹਾਂ? ਬਈ ਜੇ ਤੁਸੀਂ ਇੱਕ ਬੰਦੇ ਦਾ ਪ੍ਰੋਡਕਟ ਬੰਦ ਕਰ ਦੋਗੇ, 2 ਦਾ ਕਰ ਦੋਗੇ, 500 ਕਾਰਪੋਰੇਟ ਨੇ। ਜੇ ਤੁਸੀਂ ਇੱਕ ਦੁਸ਼ਮਣ ਕੋਲ, ਵੀਰ ਜੀ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਸਾਰਿਆਂ ਨੂੰ, ਤੁਹਾਡੇ ਮੀਡੀਆ ਜ਼ਰੀਏ ਵੀ ਕਰਦਾ, ਬਈ ਮੰਨ ਲਓ ਬਈ ਤੁਹਾਡਾ ਕੋਈ ਦੁਸ਼ਮਣ ਹੈ, ਤੁਸੀਂ ਮਹੀਨੇ ਦਾ 50,000 ਰੁਪਏ ਕਮਾਉਂਦੇ ਹੋ, ਤੁਸੀਂ 25,000 ਰੁਪਏ ਉਹਦੇ ਵਿੱਚ ਆਪਣੇ ਦੁਸ਼ਮਣ ਦੇ ਘਰ ਭੇਜ ਦਿਓ, ਤੁਸੀਂ ਕਦੇ ਬਚੋਗੇ? ਨਹੀਂ ਬਚ ਸਕਦੇ। ਸਾਨੂੰ ਅੱਜ ਪਛਾਣਨਾ ਪੈਣਾ ਵੀ ਸਾਡਾ ਅਸਲ ਦੁਸ਼ਮਣ ਕੌਣ ਹੈ। ਵੀਰ ਜੀ ਅੱਜ ਕੀ ਹੋ ਰਿਹਾ, ਇੱਕ ਗੱਲ ਹੋਰ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ, ਜਿਸ ਦਿਨ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ ਨਾ, ਲੜਾਈ ਸਾਡੀ ਉਸ ਦਿਨ ਸ਼ੁਰੂ ਹੋਣੀ ਹੈ। ਮੈਂ ਪੂਰੇ ਵਰਲਡ ਦੇ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਭਾਈ ਇਹ ਸੋਚ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਧਿਰ ਬਣਨਾ ਕਿ ਅਸੀਂ ਇਕੱਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਤੋਂ ਕੁੱਟ ਖਾਣੀ ਆ। ਕੁੱਟ ਖਾਣ ਦਾ ਸਮਝ ਲਓ ਵੀ ਅੱਜ ਸਾਡੇ ਨਾਲ ਕੀ ਹੋ ਰਿਹਾ ਯਾਰ, ਅੰਨਦਾਤੇ ਨੂੰ ਤੁਸੀਂ ਬਿਸ਼ਾਰਾ ਮਾਰ ਰਹੇ ਹੋ ਠੰਡ ਦੇ ਵਿੱਚ, ਐਦੂ ਵੱਡਾ ਦਾ ਜ਼ੁਲਮ ਕਿੱਥੇ ਹੋ ਸਕਦਾ? ਵੀ ਉਹੀ ਚੀਜ਼ ਹੀ ਐਡ ਵੀ ਹੁੰਦੀ ਆ, ਆਟੇ ਦੀ ਵੀ ਐਡ ਹੁੰਦੀ ਆ, ਅਲੱਗ ਅਲੱਗ ਤਰ੍ਹਾਂ ਦੀ ਐਡ ਹੁੰਦੀ ਆ, ਉਸ ਚੀਜ਼ ਨੂੰ ਲੈ ਕੇ ਤੁਸੀਂ ਕਹਿ ਦਿਓ ਕਿ ਐਡ ਦਾ ਪੈਸਾ ਕਾਰਪੋਰੇਟ ਹਾਊਸ 'ਚ ਜਾਂਦਾ। ਬਿਲਕੁਲ, ਹੁਣ ਮੈਂ ਤੁਹਾਨੂੰ ਵਿਜੂ ਦਾ ਸਵਾਲ ਦਾ ਜਵਾਬ ਦਿੰਦਾ। ਕਿਸਾਨ ਨਮਕ ਨੂੰ ਛੱਡ ਕੇ ਹਰ ਚੀਜ਼ ਪੈਦਾ ਕਰ ਸਕਦਾ, ਕਿਸਾਨ ਹਰ ਚੀਜ਼ ਪੈਦਾ ਕਰਦਾ, ਪਰ ਅੱਜ ਸਾਡੇ ਪਿੰਡਾਂ ਦੇ ਵਿੱਚ, ਪੰਜਾਬ ਦੇ 13,228 ਪਿੰਡ ਨੇ, 7,000 ਤੋਂ ਉੱਪਰ ਹਰਿਆਣੇ ਦੇ ਪਿੰਡ ਨੇ, ਤੁਸੀਂ ਐਵਰੇਜ ਇੱਕ ਆਬਾਦੀ ਤੁਸੀਂ 2,000 ਹੀ ਲਾ ਲਓ, ਕਿਤੇ 10,000 ਬੰਦਾ ਰਹਿੰਦਾ, ਕਿਤੇ 5 ਰਹਿੰਦਾ, ਕਿਤੇ 1,000 ਰਹਿੰਦਾ, ਕਿਤੇ 500 ਹੈ, ਤੁਸੀਂ 2,000 ਐਵਰੇਜ ਮੈਂ ਲਿਖਿਆ ਹੋਇਆ। ਤੁਸੀਂ ਇਹ ਮੰਨ ਲਓ ਵੀ 4 ਕਰੋੜ ਬੰਦੇ ਸਾਡੇ ਹਰਿਆਣੇ ਅਤੇ ਪੰਜਾਬ ਵਿੱਚ ਰਹਿੰਦੇ ਨੇ, ਤੁਸੀਂ 3,000 ਐਵਰੇਜ ਇੱਕ ਬੰਦੇ ਦੀ ਲਗਾ ਲਓ, ਠੀਕ ਹੈ ਜੀ, 3,000 ਤੁਸੀਂ ਇੱਕ ਐਵਰੇਜ ਦੇ ਬੰਦੇ ਦਾ ਲਗਾ ਲਓ, ਤਾਂ ਤੁਸੀਂ 4 ਕਰੋੜ ਨੂੰ ਤੁਸੀਂ 3,000 ਦੇ ਉੱਤੇ ਡਿਵਾਈਡ ਕਰ ਲਓ ਕਿ 1 ਮਹੀਨੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਵੀ ਕਿੰਨੀ ਜ਼ਿਆਦਾ, ਮਤਲਬ ਕਿ 1,200 ਕਰੋੜ ਰੁਪਏ ਦਾ, ਮਤਲਬ ਕਿ ਯਾਨੀ ਕਿ ਅਸੀਂ ਸਮਾਨ ਲੈਂਦੇ ਹਾਂ ਉਹਦੇ ਵਿੱਚੋਂ ਅੱਧਾ ਪੈਸਾ 40% ਤਕਰੀਬਨ 500 ਕਰੋੜ ਰੁਪਇਆ ਹਰ ਮਹੀਨੇ ਗੋਦੀ ਮੀਡੀਆ ਅਤੇ ਕਾਰਪੋਰੇਟ ਨੂੰ ਜਾਂਦਾ, ਅਤੇ ਇਹਦੇ ਵਿੱਚ 6 ਹੋ ਗਿਆ ਤੁਹਾਡਾ ਤਕਰੀਬਨ 1 ਸਾਲ ਦਾ 600 ਕਰੋੜ ਰੁਪਇਆ ਬਣਦਾ, ਮਤਲਬ ਕਿ ਜਾਨੀ ਤੁਸੀਂ ਅੰਦਾਜ਼ਾ ਲਗਾਓ ਵੀ 600 ਕਰੋੜ ਰੁਪਇਆ ਸਾਡੇ ਪੰਜਾਬ ਹਰਿਆਣੇ ਦੇ ਵਿੱਚੋਂ ਜਾਂਦਾ, ਅਤੇ ਜੇ 600 ਕਰੋੜ ਰੁਪਇਆ ਸਾਡੇ ਕਿਸਾਨ ਇਹ ਬਚਾ ਲੈਣ ਤਾਂ ਇਹਨਾਂ ਦੀ ਕਮਰ ਟੁੱਟ ਜਾਣੀ ਆ। ਕਮਰ ਟੁੱਟ ਹੱਲ ਕੀ ਹੋਣੇ ਸੀਗਾ? ਹੱਲ ਕੀ ਹੈ ਜੀ, ਬਹੁਤ ਵਧੀਆ ਸਵਾਲ ਕੀਤਾ, ਹੱਲ ਕੀ ਹੈ ਵੀਰ ਜੀ? ਅਸੀਂ ਕੀ ਕਰ ਰਹੇ ਹਾਂ, ਅਸੀਂ ਇੱਕੋ ਨੌਜਵਾਨਾਂ ਨੂੰ ਮੈਸੇਜ ਦੇ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਇੱਕ ਕਿਸਾਨ ਹੱਟ ਖੋਲੋ, ਜਿਹੜਾ ਕਿ ਫੈਕਟਰੀ ਦੇ ਵਿੱਚ, ਜਿਹੜੀ ਤੁਹਾਨੂੰ ਮੈਂ ਟੋਇਲਟ ਕਲੀਨਰ ਦੀ ਗੱਲ ਕਰਦਾ, ਇਹਦੀ ਫੈਕਟਰੀ ਦੀ ਕੀਮਤ 30 ਰੁਪਏ ਆ, 30 ਰੁਪਏ ਦੇ ਵਿੱਚ ਬਣ ਜਾਂਦਾ, 30 ਤੋਂ ਬਣਨ ਤੋਂ ਬਾਅਦ ਸਾਨੂੰ 3 ਗੁਣਾ ਦੇ ਵਿੱਚ ਸਾਨੂੰ ਮਿਲਦਾ, ਜੇ ਤੁਸੀਂ GST ਵੀ ਲਾ ਲਓ, ਉਹ 'ਚ ਲੋਕਲ ਕਮਿਸ਼ਨ ਵੀ ਲਾ ਲਓ, ਤਾਂ 45 ਰੁਪਇਆਂ ਦਾ ਇੱਕ ਬੰਦੇ ਨੂੰ ਦਿੱਤਾ ਜਾ ਸਕਦਾ। 75 ਵਾਲੀ ਚੀਜ਼ ਜੇ ਤੁਸੀਂ 45 ਰੁਪਇਆਂ ਦੀ ਦਿਓਗੇ ਤਾਂ ਇੱਕ ਆਮ ਬੰਦੇ ਨੂੰ 30 ਰੁਪਏ ਵੱਧ ਜਾਣਗੇ ਇੱਕ ਪ੍ਰੋਡਕਟ ਵਿੱਚੋਂ, ਤਾਂ ਜੇ ਤੁਸੀਂ 3,000 ਦਾ ਰਾਸ਼ਨ ਲੈਂਦੇ ਹੋ ਤਾਂ ਮੇਰੇ ਮੁਤਾਬਕ 2,000 ਨਾਲ ਤੁਹਾਡਾ ਸਰ ਜਾਣਾ ਵੀਰ ਜੀ, ਅੱਧੇ ਰੇਟ 'ਤੇ ਤੁਹਾਨੂੰ ਸਮਾਨ ਮਿਲੂਗਾ, ਜਿਹਦੇ ਨਾਲ ਸਾਡੇ ਪਿੰਡਾਂ ਦੇ, ਸ਼ਹਿਰਾਂ ਦੇ ਗਰੀਬ ਮਜ਼ਦੂਰ ਲੋਕ ਜਿਹੜੇ ਖੂਨ ਪਸੀਨੇ ਨਾਲ ਆਪਦੀ ਕਮਾਈ ਨਾਲ ਪੈਸਾ ਲੈਂਦੇ
ਇਹਦਾ ਹੱਲ ਇਹ ਆ ਵੀ ਸਾਰੇ ਪ੍ਰੋਡਕਟ ਅਸੀਂ ਤਿਆਰ ਕਰ ਸਕਦੇ ਹਾਂ, ਸਾਰੇ ਪ੍ਰੋਡਕਟ ਅਸੀਂ ਦੇ ਸਕਦੇ ਹਾਂ, ਕਿਸਾਨ ਹੀ ਤਿਆਰ ਕਰਨਾ ਪ੍ਰੋਡਕਟ ਵੀਰ ਜੀ। ਕਿਸਾਨ ਦੇਖੋ ਕੀ ਹੁੰਦਾ, ਰਾਮਦੇਵ ਕੀ ਇੱਕ ਰਾਮਦੇਵ ਆਇਆ ਯੋਗਾ ਕਰਦਾ ਰਿਹਾ, ਯੋਗਾ ਕਰਦਾ ਕਰਦਾ ਲੋਕਾਂ ਨੂੰ ਕਹਿੰਦਾ ਜੀ ਐਲੋਵੇਰਾ ਜੂਸ ਲੈ ਲਓ। ਐਲੋਵੇਰਾ ਜੂਸ ਉਹਨੇ ਕਿਸੇ ਫੈਕਟਰੀ ਤੋਂ ਬਣਾਇਆ, ਜਿਹੜਾ ਸਰੋਂ ਦਾ ਤੇਲ ਹੈ ਉਹ ਪੰਜਾਬ 'ਚੋਂ ਬਣ ਬਣ ਕੇ ਜਾਂਦਾ, ਰਾਜਸਥਾਨ 'ਚੋਂ ਬਣਦਾ, ਮੰਡੀ ਤੁਹਾਡੀ ਆਪਣੀ ਖੰਨੇ ਨਾਲ ਮੰਡੀ ਗੋਬਿੰਦਗੜ੍ਹ ਤੋਂ, ਠੀਕ ਹੈ, ਉੱਥੋਂ ਤੇਲ ਬਣ ਬਣ ਕੇ ਉਹਦਾ ਜਾ ਰਿਹਾ। ਉਹਦੇ 'ਤੇ ਬ੍ਰਾਂਡ ਕਿਹਦੀ ਹੋ ਰਹੀ ਹੈ? ਰਾਮਦੇਵ ਦੀ। ਮੈਨੂਫੈਕਚਰ ਬਾਈ ਯੂ, ਠੀਕ ਹੈ ਨਾ ਜੀ, ਔਰ ਮਾਰਕੀਟਿੰਗ ਬਾਈ ਕੋਈ ਵੀ ਹੋ ਸਕਦਾ। ਉਹ ਇੱਕ ਫੈਕਟਰੀ ਜਿਵੇਂ ਟਾਟਾ, ਮਾਰੂਤੀ, ਹਿੰਦੁਸਤਾਨ ਲੀਵਰ, ਜਿੰਨੀਆਂ ਵੱਡੀਆਂ ਕੰਪਨੀਆਂ ਉਹ ਸਾਰੀਆਂ ਥਰਡ ਪਾਰਟੀ ਜੋਬ ਕਰਾਉਂਦੀਆਂ ਨੇ, ਅਤੇ ਕਿਸਾਨ ਕਰਾ ਸਕਦਾ, ਕੋਈ ਪ੍ਰੋਬਲਮ ਹੀ ਨਹੀਂ ਹੈ। ਤੁਸੀਂ ਕਹਿੰਦੇ ਕਿਸਾਨ ਆਪਦੇ ਹੀ ਸਾਰਾ ਹੀ ਸਮਾਨ ਜਿਹੜਾ ਪ੍ਰੋਡਕਟ ਤਿਆਰ ਕਰਨ ਅਤੇ ਸੇਲ ਕਰਨ, ਉਹ ਨਾ ਵਾਧਾ ਵੀ ਉਹਦੇ ਵਿੱਚ ਵਾਧਾ, ਕਿਸਾਨ ਦੀ ਆਮਦਨ ਦੁੱਗਣੀ ਹੈ, ਉਹ ਜਿਹੜੇ ਉੱਥੇ ਸਟੋਰ 'ਤੇ ਜਾਂ ਕਿਸਾਨ ਕੋਲ ਕੰਮ ਕਰਨਗੇ ਉਸ ਹੀ ਵਾਧਾ ਇਹ ਲੇਬਲ ਹੋਏਗੀ। ਵੀਰ ਜੀ ਜਿਹੜਾ ਅਸੀਂ ਇਸ਼ਤਿਹਾਰ ਛਪਾਇਆ ਨਾ, ਇਹ 'ਚ 14 ਪੁਆਇੰਟ ਆ, ਜੇ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਇਹਦੇ ਵਿੱਚ ਕੀ ਹੋਊਗਾ। ਇੱਕ ਪਿੰਡ ਦੇ ਵਿੱਚ ਜੇ ਇੱਕ ਕਿਸਾਨ ਹੱਟ ਬਣਦੀ ਹੈ, ਸਪੋਜ਼ ਕਰੋ ਉੱਥੇ 10 ਲੱਖ ਦੀ ਮਹੀਨੇ ਦੀ ਸੇਲ ਹੋ ਗਈ, ਉਹਦੇ ਵਿੱਚ ਸਬਜ਼ੀਆਂ ਵੀ ਹੋਣ, ਉਹਦੇ ਵਿੱਚ ਦੁੱਧ ਦੇ ਪ੍ਰੋਡਕਟ ਵੀ ਹੋਣ, ਉਹ 'ਚ ਕਰਿਆਨਾ ਵੀ ਹੋਵੇ, ਕੱਪੜਾ ਵੀ ਹੋਵੇ, ਸਾਰੀ ਚੀਜ਼ ਹੋਵੇ, ਇੱਕ ਪਿੰਡ 'ਚ ਇੱਕ ਦੁਕਾਨ ਬਣ ਗਈ, ਜੇ 10 ਲੱਖ ਦੀ ਸੇਲ ਹੁੰਦੀ ਆ ਉਹਦੇ ਵਿੱਚ, ਤਾਂ ਤੁਸੀਂ ਇਹ ਸਮਝ ਲਓ ਕਿ ਤਕਰੀਬਨ 8 ਲੱਖ ਰੁਪਇਆ ਉਸ ਪਿੰਡ ਦਾ ਸੇਵ ਹੋਣਾ ਸ਼ੁਰੂ ਹੋ ਗਿਆ, ਜਿਹੜੀ ਕਿ ਲੁੱਟ ਹੋ ਰਹੀ ਸੀ ਉਹਦੀ, ਉਹ ਬਚ ਗਿਆ। ਜਿਹੜਾ ਉਹਦਾ 10% ਕਮਿਸ਼ਨ ਹੈ ਉਹਨਾਂ ਨੂੰ ਦਿਓ 10% ਨੋਰਮਲ ਕਮਿਸ਼ਨ, ਤਾਂ 1 ਲੱਖ ਰੁਪਏ ਪਿੰਡ ਨੂੰ ਬਚਣਾ ਸ਼ੁਰੂ ਹੋ ਗਿਆ। ਉਹਦੇ ਵਿੱਚ ਸਾਡੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ, ਕਿੰਨੇ ਲੋਕਾਂ ਨੂੰ ਟਰਾਂਸਪੋਰਟੇਸ਼ਨ 'ਤੇ ਲਾਇਆ ਜਾ ਸਕਦਾ। ਅਸੀਂ ਸਾਰੇ ਰਲ ਕੇ ਫੈਕਟਰੀਆਂ ਜਿਹੜੀਆਂ ਸਾਡੇ NRE ਵੀਰ ਸਹਿਯੋਗ ਕਰਨ, NRE ਵੀ ਸਹਿਯੋਗ ਕਰਨ, ਬਿਜ਼ਨਸਮੈਨ ਸਹਿਯੋਗ ਕਰਨ, ਅਸੀਂ ਫੈਕਟਰੀਆਂ ਲਗਾ ਕੇ ਆਪਣਾ ਸਿਸਟਮ ਖੜਾ ਕਰਕੇ ਖੜੀ ਕਰ ਸਕਦੇ ਹਾਂ। ਅਸੀਂ ਇੱਕ ਨਾਰਾ ਦਿੱਤਾ, ਕਿਸਾਨ ਬਚਾਓ, ਦੇਸ਼ ਬਚਾਓ, ਕਾਰਪੋਰੇਟ ਭਗਜਾਓ, ਪਬਲਿਕ ਸੈਕਟਰ ਲੈ ਕੇ ਆਓ। ਪਬਲਿਕ ਸੈਕਟਰ ਕੀ ਹੈ ਵੀਰ ਜੀ? ਪਬਲਿਕ ਸੈਕਟਰ ਦਾ ਮਤਲਬ ਹੈ ਵੀ ਇੱਕ ਚੀਜ਼ ਬਣੀ ਫੈਕਟਰੀ 'ਚੋਂ ਉਹ ਸਿੱਧੀ ਐਂਡ ਯੂਜ਼ਰ ਤੱਕ ਪਹੁੰਚ ਗਈ, ਅਤੇ ਉਹਦੇ ਵਿੱਚ ਖਰਚਾ ਕਿੰਨਾ ਪੈਣਾ? ਵੱਧ ਤੋਂ ਵੱਧ 15 ਜਾਂ 20%, ਅਤੇ ਜਿਹੜਾ ਅੱਜ ਅਸੀਂ 150% ਦੇ ਰਹੇ ਹਾਂ, 18 ਵਾਲਾ ਆਟਾ ਤੁਹਾਨੂੰ 36 ਰੁਪਏ ਮਿਲ ਰਿਹਾ, ਤਾਂ ਤੁਸੀਂ ਡਬਲ ਤਾਂ ਹੋ ਗਿਆ ਨਾ, 100% ਪ੍ਰੋਫਿਟ ਤਾਂ ਹੋਈ ਗਿਆ ਉਹਦੇ ਵਿੱਚ। ਤਾਂ ਤੁਸੀਂ ਇਹ ਸੋਚੋ ਵੀ ਜੇਕਰ ਇਸ ਚੀਜ਼ ਨੂੰ ਅਸੀਂ ਕੁੰਡੀ ਨੂੰ ਫੜ ਲਿਆ ਤਾਂ ਫਿਰ ਸਾਨੂੰ ਪਤਾ। ਹਾਂਜੀ ਪੁੱਛੋ ਕਿ ਮੇਰਾ ਸਵਾਲ ਹੈ ਕਿ ਜੇ ਤੁਸੀਂ ਸਾਰੀਆਂ ਗੱਲਾਂ ਕਰ ਰਹੇ ਹੋ, ਕੋਈ ਕਿਸੇ ਦੀ ਐਡ ਕਰਦਾ, ਤੁਸੀਂ ਉਹ ਫਿਲਮੀ ਸਟਾਰ ਦੀ ਗੱਲ ਕੀਤੀ ਹੈ, ਉਹਦਾ ਹੱਕ ਬਣਦਾ ਐਡ ਕਰਨਾ, ਉਹਦਾ ਹੱਕ ਬਣਦਾ। ਜੇ ਕੱਲ੍ਹ ਨੂੰ ਕਿਸਾਨ ਵੀ ਖੋਲ੍ਹ ਲੈਂਦੇ ਨੇ ਫਿਰ ਆਪਾਂ ਵੀ ਐਡ ਕਰਾਂਗੇ, ਸਵਾਲ ਆਪਾਂ ਨੂੰ ਵੀ ਕੱਲ੍ਹ ਨੂੰ ਹੋ ਜੂਗਾ। ਵੀਰ ਜੀ ਆਪਾਂ ਐਡ ਕਿਸ ਚੀਜ਼ ਦੀ ਕਰਾਂਗੇ? ਮੇਰੀ ਗੱਲ ਸੁਣੋ, ਅਸੀਂ ਪਿੰਡਾਂ ਦੇ ਸਾਡੇ ਗੁਰਦੁਆਰੇ ਬਣੇ ਹੋਏ ਨੇ, ਪਿੰਡਾਂ 'ਚ ਧਰਮਸ਼ਾਲਾ ਬਣੀਆਂ ਹੋਈਆਂ ਨੇ, ਮੁੰਡੇ ਸਾਡੇ ਵੱਟ ਦੇ ਸੱਪ 'ਤੇ ਤੁਰੇ ਫਿਰਦੇ ਆ, ਵੱਟ ਸੱਪ ਸਮਝਦੇ ਹੋ, ਵੱਟ ਦੇ ਸੱਪ। ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਭਾਅ ਜੀ ਜਿਹੜਾ ਸਾਡੇ ਨੌਜਵਾਨ ਆ ਨਾ ਇਹ ਜੀਓ ਨੇ ਫ੍ਰੀ ਕਹਿੰਦਾ ਦੇਤਾ, ਇਹ ਸਾਡੀ ਅਕਲ 'ਤੇ ਪਰਦਾ ਪਾਤਾ, ਸਾਰਾ ਦਿਨ ਵੱਟ ਦੇ ਸੱਪ ਵੇਖੀ ਜਾਂਦੇ ਨੇ। ਉਹ ਵੱਟ ਦੇ ਸੱਪ ਜਾਂ ਜਾਂ ਮਤਲਬ ਅਸੀਂ ਫੇਸਬੁੱਕ ਚਲਾਉਂਦੇ ਹਾਂ ਜਾਂ ਅਸੀਂ ਮਤਲਬ ਦੇਖ ਲਓ ਕਿੰਨੇ ਕਿੰਨੇ ਅਸੀਂ ਉਹਦੇ ਵਿੱਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਸਾਡੇ ਨੌਜਵਾਨਾਂ ਨੂੰ ਕੰਮ ਦੇਵਾਂਗੇ। ਇੱਕ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਕਹਾਂਗੇ ਕਿ ਬਈ ਤੁਸੀਂ ਆਪਦਾ ਪਿੰਡ ਸੰਭਾਲੋ, 13,228 ਪੰਜਾਬ ਦੇ ਪਿੰਡ ਨੇ, ਜੇ 10,000 ਪਿੰਡ ਅਸੀਂ ਸੰਭਾਲ ਲਿਆ ਅਸੀਂ ਸਾਰੀ ਬਾਜ਼ੀ ਜਿੱਤ ਗਏ ਨਾ। ਔਰ ਦੂਜੀ ਇੱਕ ਮੈਸੇਜ ਹੋਰ ਦੇਣਾ ਚਾਹੁੰਦਾ ਤੁਹਾਡੇ ਸਵਾਲ ਦੇ ਪਹਿਲਾਂ, ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਕੋਈ ਮਤਲਬ ਨਹੀਂ। ਕਈ ਦੁਕਾਨਦਾਰ ਤਾਂ ਇਹ ਕਹਿ ਰਿਹਾ ਕਿਸਾਨ ਸਾਡਾ ਬਿਜ਼ਨਸ ਖਰਾਬ ਕਰ ਰਿਹਾ, ਕੱਲ੍ਹ ਲੁਧਿਆਣੇ ਤੋਂ ਉਹਨਾਂ ਨੇ ਬੰਦਿਆਂ ਨੇ ਸਾਡੇ ਕਿਸਾਨਾਂ ਦੇ ਖਿਲਾਫ਼ ਬੋਲਿਆ। ਤੁਸੀਂ ਇਹ ਸੋਚੋ ਵੀ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਆ, ਜੇ ਰੀੜ੍ਹ ਦੀ ਹੱਡੀ ਟੁੱਟ ਗਈ ਦੇਸ਼ ਬਚੂ ਕਿੱਥੋਂ? ਤਾਂ ਤੁਸੀਂ ਇਹ ਗੱਲ ਕਹੋ ਵੀ ਕਿਸਾਨਾਂ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਦੁਕਾਨਦਾਰ ਨੂੰ ਇਹ ਗੱਲ ਕਹੋ ਕਿ ਬਾਈ ਅਸੀਂ ਆਹ ਐਡ ਵਾਲਾ ਪ੍ਰੋਡਕਟ ਕੋਈ ਨਹੀਂ ਲੈਣਾ, ਅਤੇ ਐਡ ਤੁਸੀਂ ਘਰੇ ਜਾਓ ਚੈਨਲ 'ਤੇ ਜਿਹੜੀ ਐਡ ਆਉਂਦੀ ਉਹ 'ਤੇ ਕਾਟਾ ਮਾਰੀ ਜਾਓ। ਜਦੋਂ ਕਾਟਾ ਮਾਰੀ ਜਾਓਗੇ ਨਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਗੋਦੀ ਮੀਡੀਆ ਦੀ ਕਮਰ ਕਿਵੇਂ ਤੋੜਨੀ ਹੈ, ਅਤੇ ਦੁਕਾਨਦਾਰ ਕਹੂਗਾ ਦੱਸੀਏ ਵੀ ਕਿਹੜੇ ਪ੍ਰੋਡਕਟ ਵਰਤੀਏ, ਤੁਹਾਨੂੰ ਕਹੇ ਜੀ ਕਿਸਾਨ ਦੇ ਪ੍ਰੋਡਕਟ ਬਣਾਉਣੇ ਆ। ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜੇ ਕੋਈ ਵੀ ਬੰਦਾ ਫੈਕਟਰੀ ਲਾਉਣੀ ਚਾਹੁੰਦਾ, ਕੋਈ ਬੰਦਾ ਬ੍ਰਾਂਡ ਬਣਾਉਣਾ ਚਾਹੁੰਦਾ, ਕੋਈ ਬੰਦਾ ਜੋਬ ਕਰਨਾ ਚਾਹੁੰਦਾ, ਕੋਈ ਬੰਦਾ ਸਟੋਰ ਖੋਲ੍ਹਣਾ ਚਾਹੁੰਦਾ, ਉਹ ਮੇਰਾ ਨੰਬਰ ਲੈ ਲਏ, ਮੇਰੇ ਕੋਲ ਆ ਜਾਏ। ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚ ਅਸੀਂ ਕਿਸਾਨ ਹੱਟਾਂ ਖੜੀਆਂ ਕਰ ਦਿਆਂਗੇ, ਉਹ ਵੀ 15 ਦਿਨ ਦੇ ਵਿੱਚ, ਜ਼ਿਆਦਾ ਟਾਈਮ ਨਹੀਂ। ਵੀ ਕਈ ਲੋਕ ਸੋਚਦੇ ਹੋਣਗੇ ਓਨਲੀ 15 ਦਿਨ, 15 ਡੇਜ਼। ਅੱਛਾ ਹੁਣ ਸਵਾਲ ਹੈ ਕਿ ਤੁਸੀਂ ਅੰਕੜੇ ਕੱਢੇ ਕਿਵੇਂ ਨੇ? ਇੱਕ ਫਿਲਮੀ ਸਟਾਰ ਇੰਨੇ ਪੈਸੇ ਲੈਂਦਾ, ਇਸ ਚੈਨਲ 'ਤੇ ਇੰਨੀ ਸੈਕਿੰਡ ਦੇ ਇੰਨੇ ਪੈਸੇ ਨੇ, ਹੋ ਵੀ ਤੁਸੀਂ 2-3 ਚੀਜ਼ਾਂ ਲਿਖੀ ਹੋਈਆਂ ਨੇ, ਤੁਸੀਂ ਅੰਕੜਾ ਕਿਵੇਂ ਕੱਢ ਲਿਆ? ਵੀਰ ਜੀ ਮੈਂ ਪਿਛਲੇ ਤਕਰੀਬਨ 15 ਸਾਲ ਤੋਂ ਬਿਜ਼ਨਸ ਲਾਈਨ ਦੇ ਵਿੱਚ ਆ। ਬਿਜ਼ਨਸ ਲਾਈਨ ਦੇ ਵਿੱਚ ਮੇਰੀ ਜਿਹੜੀ ਕਿ ਓਵਰਆਲ ਮੈਂ ਕੋਈ ਚੈਨਲਾਂ ਦੇ ਨਾਲ, ਠੀਕ ਹੈ ਜੀ, ਕੋਈ ਕਿਸੇ ਤਰੀਕੇ ਨਾਲ ਅਸੀਂ ਕੀ ਆ ਟੱਚ ਹੁੰਦੇ ਰਹਿੰਦੇ ਹਾਂ ਬੰਦੇ ਨਾਲ, ਸਾਨੂੰ ਉਹ ਬੰਦੇ ਦੱਸਦੇ ਨੇ ਕਿ ਇਸ ਬੰਦੇ ਦਾ ਬਜਟ ਇੰਨਾ ਜੀ, ਇਹਦੇ ਦਾ ਇੰਨਾ, ਅਸੀਂ ਇੱਕ ਐਡ ਕਰਵਾਉਣੀ ਸੀ ਉਸ ਐਡ ਦੇ ਵਿੱਚ ਉਹਨੇ ਅਮਿਤਾਭ ਬੱਚਨ ਤੱਕ ਦਾ ਦੱਸਿਆ ਸੀ ਵੀ ਜੇ ਤੁਸੀਂ ਅਮਿਤਾਭ ਬੱਚਨ ਦੀ ਐਡ ਕਰਾਉਣੀ ਤਾਂ 50 ਕਰੋੜ ਰੁਪਏ 1 ਟਾਈਮ ਦਾ ਖਰਚਾ ਹੈਗਾ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਉਹ ਜੀ ਕੀ ਹੁੰਦਾ ਕਿ ਜਿਹੜੇ ਉਸ ਲਾਈਨ ਨਾਲ ਜੁੜੇ ਹੋਏ ਬੰਦੇ ਉਹ ਸਾਡੇ ਟੱਚ ਵਿੱਚ ਨੇ, ਉਹ ਸਾਨੂੰ ਉਹਨਾਂ ਦਾ ਬਜਟ ਦੱਸਦੇ ਨੇ। ਫਿਰ ਸਾਡੇ ਨਾਲ ਗੱਲ ਕਰੀਏ ਤਾਂ ਆਪਣੇ ਪੰਜਾਬ ਦੇ ਚੈਨਲ ਦੀ ਗੱਲ ਕਰੀਏ ਤਾਂ PTC ਪੰਜਾਬੀ ਦੀ ਗੱਲ ਕਰੀਏ ਤਾਂ PTC ਪੰਜਾਬੀ ਦਾ ਸਭ ਤੋਂ ਉੱਪਰ ਹਾਈਐਸਟ ਰੇਟ ਹੈਗਾ।
ਗੱਲ ਸਮਝੋ, ਮੈਂ ਆ ਕੇ ਮੈਂ ਵੀ ਲਾ ਲੈਂਦਾ ਲੰਗਰ, ਮੰਨ ਲਓ ਮੈਂ ਵੀ ਲੋਕਾਂ ਨੂੰ ਕਹਿੰਦਾ ਵੀ ਅਸੀਂ ਲੰਗਰ ਲਾਇਆ, ਵੀਰ ਜੀ ਤੁਸੀਂ ਉਹ ਚੀਜ਼ ਦਿਓ ਜਿਹੜੀ ਲੋਕਾਂ ਨੂੰ ਚਾਹੀਦੀ ਆ। ਇਸ ਵੇਲੇ ਸਾਡੇ ਨੌਜਵਾਨ ਕਹਿੰਦੇ ਨੇ ਵੀ ਦੇਖੋ ਸਾਡੇ ਵੀਰਾਂ ਨੇ, ਦੇਖੋ ਮੈਂ ਸਾਰੀਆਂ ਕਿਸਾਨ ਬੰਦੀਆਂ ਦਾ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਪ੍ਰੋਗਰਾਮ ਲਿਖਿਆ। ਦੂਜਾ ਧੰਨਵਾਦ ਹੈ ਕਿ ਜਿਹੜੇ ਸਾਡੇ ਗਾਇਕ ਵੀਰ ਆ, ਪਹਿਲਾਂ ਅੱਜ ਤੋਂ ਲੱਗਦਾ ਸੀ ਯਾਰ ਗਾਇਕਾਂ ਨੇ ਪੁੱਟੇ ਪਾਸੇ ਲਾ ਦੇ, ਗਾਇਕਾਂ ਵੀਰਾਂ ਨੇ ਜਦੋਂ ਕਹਿੰਦਾ ਵੀ ਖਿੱਚਲਾ ਤਿਆਰੀ ਪੈ ਗਿਆ ਸੈਂਟਰ ਨਾਲ ਪੰਗਾ, ਹੈ ਨਾ, ਉਹ ਹੋ ਗਿਆ। ਉਦੋਂ ਬਾਅਦ ਦੀਪ ਸਿੱਧੂ ਵੀਰ ਅਤੇ ਲੱਖਾ ਸਦਾਣਾ ਆਪਾਂ ਜਿਹੜੀ ਗੱਲ ਕਰੀਏ, ਸਾਰਿਆਂ ਨੇ ਰਲ ਮਿਲ ਕੇ ਇੱਥੋਂ ਤੱਕ ਲੈ ਕੇ ਆਏ ਹਾਂ। ਤਾਂ ਮੈਂ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਤੁਸੀਂ ਇਹਨਾਂ ਦੀ ਕਮਰ ਤੋੜਨੀ ਆ ਨਾ, ਸਹੀ ਤਰੀਕੇ ਨਾਲ ਤੋੜਨੀ ਹੈ, ਤਾਂ ਤੁਸੀਂ ਇੱਕਜੁੱਟ ਹੋ ਜਾਓ, ਕਿਸਾਨ ਆਪਣੀ ਚੀਜ਼ ਆਪ ਵੇਚੇ। ਜੇਕਰ ਅਸੀਂ ਅੱਜ ਤੋਂ ਬਾਅਦ ਅੰਬਾਨੀ ਅਡਾਨੀ ਨਾਲ ਇਹਨਾਂ ਨਾਲ ਲੜਾਈ ਲੜਨ ਤੋਂ ਬਾਅਦ ਜਾ ਕੇ 2 ਮਹੀਨੇ ਬਾਅਦ ਸਮਾਨ ਇਹਨਾਂ ਦਾ ਹੀ ਖਾਣਾ, ਤਾਂ ਫਿਰ ਮਹਾਰਾਜ ਇੰਨੀ ਵੱਡੀ ਲੜਾਈ ਦਾ ਮਤਲਬ ਕੀ? ਤੁਸੀਂ ਇੱਕ ਚੀਜ਼ ਹੋ ਵੀ ਲਿਖੀ ਪੰਫਲੇਟ 'ਚ, ਬੀਜੇਪੀ ਅਤੇ ਮੋਦੀ ਭਗਤਾਂ ਦੇ ਚੈਨਲਾਂ ਨੂੰ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਬੇਨਕਾਬ ਕਰੋ ਕਰੋ ਇਹ ਤਾਂ ਬੇਨਕਾਬ ਦਾ ਮਤਲਬ ਹੈ। ਦੇਖੋ ਕੀ ਹੋ ਰਿਹਾ, ਕਈ ਲੋਕ ਤਾਂ ਫੇਕ ਆਈਡੀਆਂ ਬਣਾ ਕੇ, ਦੇਖੋ ਕੀ ਹੋ ਰਿਹਾ, ਤੁਸੀਂ ਦੇਖੋ ਖਾਲਸਾ ਜਿਹੜਾ ਸਰਦਾਰ ਰਵੀ ਸਿੰਘ ਜੀ ਦੀ, ਉਹਨਾਂ ਨੇ ਜਿੱਥੇ ਬੰਬ ਡਿੱਗਦੇ ਸੀ ਉੱਥੇ ਵੀ ਜਾ ਕੇ ਲੰਗਰ ਲਾ ਤੇ ਮਹਾਰਾਜ, ਅਤੇ ਲਾ ਦੇ ਉਸ ਬੰਦਿਆਂ ਨੂੰ ਦਿਖਾਇਆ ਕਿ ਖਾਲਸਾ ਏਡ ਆਤੰਕਵਾਦੀ ਫੈਲਾ ਰਹੀ ਹੈ। ਜੇ ਉਹ ਸਿੱਧੀ ਸਾਨੂੰ ਆਤੰਕਵਾਦੀ ਕਹਿ ਰਹੀ ਹੈ ਤਾਂ ਅਸੀਂ ਤਾਂ ਬਰੋਸ਼ਨਾਂ ਵਿੱਚ ਦੇਣਾ ਹੀ ਦੇਣਾ, ਅਸੀਂ ਦੇਵਾਂਗੇ, ਅਸੀਂ ਤਾਂ ਹੋਰ ਵੀ ਕਿ ਸਾਡਾ ਜਦੋਂ ਉਹ ਲੜਾਈ ਆਈ ਟੀ ਸੈੱਲ ਦੀ ਗੱਲ ਕਰ ਰਹੇ ਹੋ, ਜੋ ਆਈ ਟੀ ਸੈੱਲ ਵਾਲੇ ਜਿਹੜੇ ਕਿ ਉਹ ਫੇਕ ਨਿਊਜ਼ ਬਣਾਉਂਦੇ ਨੇ, ਫੇਕ ਨਿਊਜ਼ ਬਣਾ ਕੇ ਕਿਸਾਨਾਂ ਨੂੰ ਇੱਕ ਟੈਰਰਿਸਟ ਬਣਾ ਦਿੱਤਾ ਗਿਆ ਇਸ ਦੇਸ਼ ਦੇ ਵਿੱਚ, ਅਤੇ ਕਿਸਾਨ ਦੀ ਦਿਸ਼ਾ ਨਹੀਂ ਉਹਨਾਂ ਨੂੰ ਦਿਖ ਰਹੀ ਵੀ ਕਿਸਾਨ ਦਾ ਹਾਲ ਕੀ ਹੋ ਰਿਹਾ। ਅੱਛਾ, ਮੇਰੇ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਪੰਫਲੇਟ ਵੰਡ ਰਹੇ ਹੋ, ਜਾਗਰੂਕ ਕਰ ਰਹੇ ਹੋ, ਜਿਵੇਂ ਤੁਸੀਂ ਫਿਲਮੀ ਸਟਾਰ ਦਾ ਨਾਮ ਲੈ ਰਹੇ ਹੋ, ਤਾਂ ਲੱਗਦਾ ਕਿ ਜਦੋਂ ਟੀਵੀ 'ਤੇ ਆਉਂਦੇ ਨੇ ਐਡ ਦਿੰਦੇ ਨੇ, ਆਪਾਂ ਲੈ ਕੇ ਆਉਂਦੇ ਹਾਂ, ਆਪਣਾ ਵੀ ਕਸੂਰ ਹੋ ਗਿਆ ਨਾ ਕਿਤੇ ਨਾ ਕਿਤੇ, ਉਹ ਆਪਣਾ ਵੀ ਹੈਗਾ ਨਾ, ਹਾਂ। ਤੁਹਾਡਾ ਸਵਾਲ ਬਹੁਤ ਵਧੀਆ ਵੀ ਆਪਣਾ ਆਪਣਾ ਕਸੂਰ ਕੀ ਆ, ਵੀ ਆਪਾਂ ਉਹਨਾਂ ਨੂੰ ਫੋਲੋ ਅਪ ਕਰਦੇ ਹਾਂ। ਦੇਖੋ ਫੋਲੋ ਉਹਨਾਂ ਨੂੰ ਫੋਲੋ ਅਪ ਨਹੀਂ, ਮੈਂ ਐਡ ਦੀ ਗੱਲ ਕਰ ਰਿਹਾ, ਆਪਾਂ ਵੀਰ ਜੀ ਮੇਰੇ ਆਪਣੇ ਕੋਲ ਕੋਈ ਆਪਸ਼ਨ ਨਹੀਂ ਹੈਗੀ, ਆਪਾਂ ਕੀ ਜਾਂਦੇ ਹਾਂ, ਆਪਾਂ ਸਾਰਾ ਦਿਨ ਦੇਖਦੇ ਹਾਂ ਉਹ ਟੋਇਲਟ ਵਿੱਚ ਜਾਂਦਾ, ਉਹਦੇ ਮਗਰ ਕੈਮਰੇ ਵਾਲੇ ਹੁੰਦੇ ਆ, ਉਹ ਚੱਕਾ ਚੱਕ ਹੋ ਜਾਂਦੀ ਹੈ ਟੋਇਲਟ, ਅਸੀਂ ਕਹਿੰਦੇ ਇਹੀ ਦੇ ਦੇ ਭਾਈ। ਅਸੀਂ ਬਾਜ਼ਾਰ ਵਿੱਚ ਜਾਂਦੇ ਹਾਂ, ਅਸੀਂ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਅਸੀਂ ਟੋਇਲਟ ਕਲੀਨਰ ਕਿਸੇ ਕੰਪਨੀ ਦਾ ਹੋਵੇ, ਅਸੀਂ ਕਹਿੰਦੇ ਹਾਰਪਿਕ ਦੇ ਦੇ, ਸਾਡੇ ਮੂੰਹ 'ਚ ਹਾਰਪਿਕ ਵਾਰਤਾ ਉਹਨੇ, ਹਾਰਪਿਕ ਹਾਰਪਿਕ ਹਾਰਪਿਕ, ਤਾਂ ਉਹ ਹੌਲੀ ਹੌਲੀ ਅਕਸ਼ੇ ਕੁਮਾਰ, ਅਕਸ਼ੇ ਕੁਮਾਰ ਕਿੰਨੀ ਐਡਾ ਕਰਦਾ, ਅਕਸ਼ੇ ਕੁਮਾਰ ਦਾ ਮੈਂ ਨਾਂ ਤਾਂ ਲਿਆ ਵਿੱਚ ਵੀਰ ਜੀ। ਦੇਖੋ ਮੈਨੂੰ ਵੀ ਪਤਾ ਕਿ ਮੀਡੀਆ ਵਿੱਚ ਨਾਮ ਲਿੱਤਾ, ਅਕਸ਼ੇ ਕੁਮਾਰ ਨੇ ਸਿੰਘ ਇਜ ਕਿੰਗ ਫਿਲਮ ਬਣਾਈ ਕਿੰਨਾ ਪਿਆਰ ਦਿੱਤਾ, ਦੇਖੋ ਸਾਰਾ ਗੜੀ ਦੀ ਫਿਲਮ ਬਣਾਈ, ਠੀਕ ਹੈ ਜੀ, ਸਿੰਘ ਇਜ ਬਲਿੰਗ ਫਿਲਮ ਬਣਾਈ, ਕਿੰਨਾ ਪਿਆਰ ਦਿੱਤਾ, ਅੱਜ ਉਹਨਾਂ ਬੰਦੇ ਨੇ ਸਾਡੇ ਲਈ ਹਾਂ ਦਾ ਨਾਰਾ ਨਹੀਂ ਮਾਰਿਆ, ਅਤੇ ਇਸ ਕਰਕੇ ਅਸੀਂ ਇਸ ਕਰਕੇ ਨਾਂ ਲੈ ਕੇ ਕਹਿ ਰਹੇ ਹਾਂ ਭਾਈ, ਜਿੰਨੇ ਵੀ ਅਕਸ਼ੇ ਕੁਮਾਰ ਦੇ ਨਾਲ ਹੋ ਵੀ ਬੜੇ ਫਿਲਮੀ ਸਟਾਰ ਨੇ ਜਿਹਨਾਂ ਨੇ ਪੱਗਾਂ ਬੰਨ ਕੇ ਕੀਤੀਆਂ, ਸੰਨੀ ਦਿਓਲ ਹੈ ਪੱਗਾਂ ਬੰਨ ਕੇ ਫਿਲਮ ਆ ਗਈ ਵੀਰ ਜੀ, ਪੱਗਾਂ ਬੰਨ ਕੇ ਕਰਨਾ ਉਹਨਾਂ ਦਾ ਇੱਕ, ਦੇਖੋ ਧੰਦਾ, ਉਹਨਾਂ ਦਾ ਇੱਕ ਬਿਜ਼ਨਸ ਆ, ਉਹ ਬਿਜ਼ਨਸ ਦੇ ਵਿੱਚ ਕੀ ਕਰਦੇ ਆ, ਜਿੱਦਾਂ ਦਾ ਉਹਨਾਂ ਨੂੰ ਡਾਇਰੈਕਟਰ ਰੋਲ ਦਿੰਦਾ ਉਹ ਕਰਦੇ ਆ, ਪਰ ਕੀ ਹੁੰਦਾ, ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿਆਂ, ਹੁਣ ਜਦੋਂ ਜੇ ਉਹ ਸਾਡੇ ਨਾਲ ਇੱਥੇ ਹਾਂ ਦਾ ਨਾਰਾ ਮਾਰਦੇ ਆ, ਕਿਸੇ ਨਾ ਕਿਤੇ ਜਗ੍ਹਾ 'ਤੇ ਉਹਨਾਂ ਦੀ ਮਜਬੂਰੀ ਵੀ ਆ, ਉਸ ਟਾਈਮ ਉਹਨਾਂ ਨੂੰ ਦੂਜੇ ਘੇਰਨ ਵਾਲੇ ਬੈਠ ਜਾਣਗੇ, ਉਹਨਾਂ ਦਾ ਬਾਈਕਾਟ ਹੋ ਜੂਗਾ। ਅੱਜ ਦੇਖੋ ਅੱਜ ਉਹ ਚਾਹੁੰਦੇ ਆ ਵੀ ਅੱਜ ਅੰਦਰੋਂ, ਮੈਂ ਕਹਿੰਦਾ ਵੀ ਉਹਨਾਂ ਦੇ ਮਨ ਕਿਤੇ ਬਲਵਾ ਹੋ ਰਿਹਾ ਹੋਊਗਾ ਕਿ ਯਾਰ ਕਿਸਾਨ ਜਿਹੜਾ ਸੀ ਅੰਨਦਾਤਾ ਮਾਰਿਆ ਜਾ ਰਿਹਾ, ਪਰ ਉਹ ਕੀ ਕਰਦੇ ਆ, ਉਹ ਚੁੱਪ ਇਸ ਵਾਸਤੇ ਆ ਵੀ ਜੇ ਅਸੀਂ ਮਾੜੀ ਜਿਹੀ ਆਵਾਜ਼ ਉਠਾਈ ਤਾਂ ਕੱਲ੍ਹ ਨੂੰ ਸਾਨੂੰ ਵੀ ਇਹ ਬੰਦੇ ਗਦਾਰ ਕੋਸ਼ਤ ਕਰ ਦੇਣਗੇ, ਇਸ ਕਰਕੇ ਮਜਬੂਰੀ ਉਹਨਾਂ ਦੀ ਵੀ ਹੈ, ਪਰ ਅਸੀਂ ਮਜਬੂਰੀ ਨੂੰ ਕਿਵੇਂ ਬਦਲਣਾ, ਅਸੀਂ ਤਾਂ ਦੁਕਾਨਦਾਰ ਨੂੰ ਕਹਿਣਾ ਕਿ ਭਾਈ ਜਿਹੜਾ ਐਡ ਵਾਲਾ ਪ੍ਰੋਡਕਟ ਅਸੀਂ ਨਹੀਂ ਲੈਂਦੇ, ਜਿਹੜਾ ਲੋਕਲ ਪ੍ਰੋਡਕਟ ਹੋਊਗਾ, ਵੀਰ ਜੀ ਲੋਕਲ ਪ੍ਰੋਡਕਟ ਦੇ ਵਿੱਚ ਕੁਆਲਿਟੀ ਉਹੀ ਹੁੰਦੀ ਆ, ਅਸੀਂ ਤਾਂ ਹੁਣ ਇੱਕ ਚੀਜ਼ ਹੋਰ ਦੇ ਦਿੱਤੀ ਵੀ ਕਿਸਾਨ ਹੱਟ ਬਣਾਓ ਯਾਰ, ਨਿਬੇੜੋ ਕੰਮ ਨੂੰ, ਤੁਹਾਡਾ ਵਧੀਆ ਦੁੱਧ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਵਿੱਚ 30 ਰੁਪਏ ਕਿਲੋ ਮੱਝ ਦਾ ਦੁੱਧ ਰੁਲਦਾ ਯਾਰ, 20 ਰੁਪਏ 25 ਰੁਪਏ 'ਤੇ ਪਾਣੀ ਵਿਕਦਾ ਹੈਗਾ, ਵੇਚਣ ਵਾਲੇ ਪਾਣੀ ਵੇਚ ਕੇ, ਠੀਕ ਹੈ, 400 ਰੁਪਏ ਕਿਲੋ ਆਲੂ ਵੀਰ ਜੀ ਵਿਕਦੇ ਨੇ ਅਤੇ 4 ਰੁਪਏ ਕਿਲੋ ਆਲੂ ਰੁਲਦੇ ਨੇ, ਤਾਂ ਤੁਸੀਂ ਇਸ ਗੱਲ ਨੂੰ ਸਮਝੋ ਨਾ, ਅੱਜ ਜਿੰਨੀਆਂ ਵਰਲਡ ਦੀਆਂ ਟੌਪ ਦੀਆਂ ਟੌਪ ਮੋਸਟ ਕੰਪਨੀਆਂ ਉਹ ਪੰਜਾਬ ਵੱਲ ਭੱਜਦੀਆਂ, ਇੰਡੀਆ ਵੱਲ ਭੱਜਦੀਆਂ, ਕਿਉਂਕਿ ਇੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ। ਅਸੀਂ ਕਿਸਾਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਬਾਜੀ ਦਾ ਸਾਡੇ ਹੱਥ ਵਿੱਚ ਹੀ ਆ, ਹੁਣ ਤਾਂ ਤੁਸੀਂ ਇਹ ਕਰਨਾ ਵੀ, ਮੈਂ ਤਾਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਵੀ ਕੀਤੀ ਆ ਵੀ ਪਿੰਡ ਪਿੰਡ ਦੀ ਮੈਨੇਜਮੈਂਟ ਬਣਾਓ, ਇੱਕ ਪਿੰਡ 'ਚ ਮੈਨੇਜਮੈਂਟ ਬਣਾਓ, ਇੱਕ ਪਿੰਡ 'ਚ 13 ਬੰਦੇ ਲਓ, ਬਲਾਕ 'ਤੇ 13 ਬੰਦੇ ਲਓ, ਤਹਿਸੀਲ 'ਤੇ 13 ਲਓ, ਡਿਸਟ੍ਰਿਕਟ 'ਤੇ ਲਓ, ਸਟੇਟ 'ਤੇ ਲਓ, ਬਾਜੀ ਸਾਡੇ ਹੱਥ ਵਿੱਚ ਆ। ਔਰ ਦੂਜਾ, ਕੋਈ ਵੀ ਬੰਦਾ ਜਿਹੜਾ ਅੱਜ ਤੁਹਾਨੂੰ ਇਹ ਚੀਜ਼ ਦੇ ਵਿੱਚ ਕੀ ਕਰ ਰਿਹਾ, ਮੇਰਾ ਕਮਿਸ਼ਨ ਹੈ, ਮੇਰੇ ਮਨ 'ਚ ਕਮਿਸ਼ਨ ਸੀ ਤੁਹਾਡਾ ਸਵਾਲ ਤੋਂ ਪਹਿਲਾਂ ਮੈਂ ਦੱਸਦਾ, ਇੱਕ ਘਰ ਦੇ ਵਿੱਚ ਇੱਕ ਬਿਜ਼ਨਸਮੈਨ ਪੈਦਾ ਕਰਨਾ, ਇੱਕ ਘਰ 'ਚ ਜੇ ਕਿਸਾਨ ਦੇ 2 ਮੁੰਡੇ ਆ ਨਾ ਵੀਰ ਜੀ, ਇੱਕ ਨੂੰ ਬਿਜ਼ਨਸਮੈਨ ਬਣਾਓ, ਉਹਨੂੰ ਸਿਖਾਓ ਦੁਨੀਆਦਾਰੀ ਸਾਰੀ, ਫਿਰ ਪਤਾ ਲੱਗੂਗਾ। ਤੁਸੀਂ ਹੁਣ ਗੱਲ ਕੀਤੀ ਹੈ ਕਿ 20-25 ਰੁਪਏ ਲੀਟਰ ਪਾਣੀ ਵਿਕਦਾ, 30-35 ਰੁਪਏ ਫਿਰੋਜ਼ਪੁਰ ਏਰੀਏ 'ਚ ਦੁੱਧ ਹੈਗਾ ਉੱਥੇ ਵਿਕਦਾ, ਇਹ ਇੰਨਾ ਇਸ ਸਮਾਂ ਆ ਕਿਵੇਂ ਗਈ ਹੈ, ਗੱਲ ਤੱਕ ਪਹੁੰਚ ਕਿੱਦਾਂ ਗਈ ਹੈ ਵੀ ਇੰਨਾ ਲੋ ਹੋ
ਸਾਡੀਆਂ ਸ਼ਬੀਲਾਂ ਲੱਗਦੀਆਂ ਨੇ ਤੇ ਇੱਥੇ ਅਸੀਂ ਪਾਣੀ ਮੁੱਲ ਲਵਾਂਗੇ। ਅੱਜ ਅਸੀਂ ਉਹੀ 20 ਰੁਪਏ ਲੀਟਰ ਪਾਣੀ ਲੈਂਦੇ ਹਾਂ ਤੁਹਾਡੇ ਸਾਹਮਣੇ। ਹੁਣ ਜੇ ਕਿਸਾਨ ਟੋਇਲਟ ਵੀ ਜਾਂਦੇ ਨੇ ਤਾਂ ਬੋਤਲ ਲੈ ਕੇ ਜਾਂਦੇ ਨੇ, ਬੋਤਲ ਫੜੀ ਤਾਂ ਇਹ ਚੱਲਦਾ ਹੈ। ਮੈਨੂੰ ਦੱਸਿਆ ਕਿਸਾਨਾਂ ਨੇ, ਕਹਿੰਦੇ ਇੱਥੇ ਤਾਂ ਗੁਰੂ ਦੀ ਕਿਰਪਾ ਵੀ ਬਿਸਲਾਰੀ ਨਾਲ ਹੀ ਅਸੀਂ ਜਾਂਦੇ ਹਾਂ ਟੋਇਲਟ ਵੀ। ਤਾਂ ਹੁਣ ਤੁਸੀਂ 20 ਰੁਪਏ ਲੀਟਰ ਪਾਣੀ ਨੂੰ ਕੰਪਨੀਆਂ ਨੇ ਵੇਚ ਕੇ 40 ਰੁਪਏ ਕਮਾ ਰਹੇ, ਲੇਕਿਨ 30 ਰੁਪਏ ਦੁੱਧ ਤਾਂ ਵੀਰ ਜੀ ਪਿੰਡਾਂ 'ਚੋਂ ਆ, ਪਿੰਡਾਂ ਵਾਲੇ ਭੋਲੇ ਭਾਲੇ ਲੋਕ ਹੈ। ਨਾ ਤਾਂ ਉਹਨਾਂ ਨੂੰ ਪਲੇਟਫਾਰਮ ਮਿਲਿਆ, ਨਾ ਉਹਨਾਂ ਨੂੰ ਕਿਸੇ ਨੇ ਉਹਨਾਂ ਦੀ ਬਾਂਹ ਫੜੀ। ਉਹ ਜੋ ਦੁੱਧ ਤਿਆਰ ਹੁੰਦਾ ਵਿਚਾਰੇ ਚੱਕ ਕੇ, ਜੋ ਰੇਟ ਉਹਨਾਂ ਦਾ ਦੁੱਧ ਹੀ ਲਿਆਉਂਦੇ ਨੇ ਉੱਥੋਂ ਲਿਆਉਂਦੇ ਨੇ, ਉਹ ਫੈਟ ਕੱਢ ਕੇ ਜਿਵੇਂ ਵੇਚਦਾ, ਇਹ ਪੂਰੇ ਪੰਜਾਬ ਦੀ ਨਹੀਂ ਪੂਰੇ ਇੰਡੀਆ ਦੀ ਤਰਾਸਦੀ ਆ। ਜਿਹੜਾ ਵਧੀਆ ਦੁੱਧ ਲੈਣਾ ਚਾਹੁੰਦਾ ਉਹਨੂੰ ਮਿਲਦਾ ਨਹੀਂ ਹੈਗਾ, ਠੀਕ ਹੈ। ਜਿਹਨੂੰ ਮਿਲਦਾ ਹੈਗਾ ਉੱਥੇ ਰੇਟ ਨਹੀਂ ਹੈਗਾ, ਅਤੇ ਇਸ ਪੈਸੇ ਪੂਰੇ ਨਹੀਂ ਹੁੰਦੇ, ਇਸ ਕਰਕੇ ਕਿਸਾਨ ਅੱਜ ਦੁੱਧ ਵੀ ਛੱਡਦੇ ਜਾ ਰਿਹਾ। ਜਿਵੇਂ ਸਾਰੀ ਗੱਲ ਬਸ ਸੁਣੀ ਹੈ ਭਾਅ ਜੀ ਦੀ, ਮੈਂ ਜਿਵੇਂ ਦੁਬਾਰਾ ਫਿਰ ਕਹੂੰਗਾ ਕਿ ਇਹ ਬੈਨਰ ਹੈ ਇੱਕ, ਜਿਸ ਨਾਲ ਲਿਖਿਆ ਹੋਇਆ ਸਭ ਕੁਛ ਹੀ, ਸਭ ਕੁਛ ਦੱਸਿਆ ਹੋਇਆ, ਅੰਕੜੇ ਦੱਸੇ ਹੋਏ ਨੇ, ਪੰਫਲੇਟ ਵੀ ਇਹਨਾਂ ਦੇ ਹੈਗੇ ਨੇ, ਪੰਫਲੇਟ ਵੀ ਤੁਸੀਂ ਇਹਨਾਂ ਕੋਲ ਲੈ ਸਕਦੇ ਹੋ, ਨੰਬਰ ਵੀ ਥੱਲੇ ਦਿੱਤਾ ਹੋਇਆ ਹੈ। ਸਮਝਾਉਣ ਦਾ ਤਰੀਕਾ ਸੀ ਕਿ ਜੋ ਐਡ ਹੁੰਦੀਆਂ ਨੇ, ਐਡ 'ਚ ਜਿੰਨਾ ਪੈਸਾ ਜਾਂਦਾ, ਚਾਹੇ ਟੋਇਲਟ ਕਲੀਨਰ ਹੈ, ਕੁਛ ਵੀ ਹੈਗਾ, ਉਹ ਕਾਰਪੋਰੇਟ ਖਜ਼ਾਨੇ ਕੋਲ ਜਾਂਦਾ। ਮਕਸਦ ਇਹ ਹੈ ਕਿ ਇਹ ਕਿਸਾਨ ਆਪਦੀ ਹੱਟ ਖੋਲਣ, ਵੀ ਕਿਸਾਨ ਸਭ ਕੁਛ ਆਪਣਾ ਪੈਦਾ ਕਰ ਲਵੇ, ਦਾਲਾਂ ਹੋ ਗਈਆਂ, ਸਬਜ਼ੀ ਹੋ ਗਈਆਂ, ਵੀ ਆਪ ਸੇਲ ਕਰੇ ਬੈਠ ਕੇ, ਤਾਂ ਵਿਚੋਲੀਆ ਬਾਅਦ ਕੱਢਿਆ ਜਾ ਸਕਦਾ। ਨਹੀਂ ਤਾਂ 50 ਰੁਪਏ ਚੀਜ਼ ਤੁਹਾਨੂੰ 150 ਦੀ ਮਿਲਦੀ ਹੈ, ਜਿਵੇਂ ਜਿਵੇਂ 50 ਰੁਪਏ ਕਿਸਾਨਾਂ ਕੋਲ ਚੀਜ਼ ਲਾ ਜਾਂਦੇ ਨੇ, ਵਿੱਚ ਪੈਕਿੰਗ ਹੋ ਗਈ, ਫਿਰ ਪ੍ਰੋਡਕਟ ਜਾਣਾ, ਲੇਬਲ ਲੱਗਣਾ, ਉਸ ਤੋਂ ਬਾਅਦ ਸੇਲ ਹੋਣਾ। ਇਹ ਭਾਈ ਸਾਹਿਬ ਦਾ ਕਹਿਣਾ ਕਿ ਕਿਸਾਨ ਡਾਇਰੈਕਟ ਕਿਉਂ ਨਹੀਂ ਵੇਚਦੇ ਆ ਆਪਣੇ ਪਿੰਡਾਂ ਦਾ ਹੀ, ਜਾਂ ਪੰਜ ਪਿੰਡ ਵਿੱਚ ਇੱਕ ਕਿਸਾਨ ਹੱਟ ਖੋਲ ਦਿੱਤੀ ਜਾਵੇ, ਤਾਂ ਆਪ ਹੀ ਸੇਲ ਕਰ ਲਓ ਉੱਥੇ ਬੈਠ ਕੇ, ਤਾਂ ਪ੍ਰੋਡਕਟ ਵੀ ਤੁਹਾਨੂੰ ਮਿਲ ਜੂਗਾ, ਵਧੀਆ ਕੁਆਲਿਟੀ ਦਾ ਮਿਲ ਜੂਗਾ, ਸਸਤਾ ਵੀ ਮਿਲ ਜੂਗਾ, ਤਾਂ ਨਾਲ ਦੀ ਨਾਲ ਜਿਹੜਾ ਸੇਲ ਕਰਨਗੇ ਉਹਨਾਂ ਨੌਕਰੀ ਵੀ ਮਿਲ ਜੇਗੀ। ਮਕਸਦ ਇਹੀ ਸੀ। ਅਤੇ ਜੇ ਫਿਲਮੀ ਸਾਲਾਂ ਦੀ ਗੱਲ ਕੀਤੀ, ਉਹਨਾਂ ਨੇ ਕਿੰਨੇ ਕਿੰਨੇ ਅਰਬਾਂ ਰੁਪਈਏ ਲੈ ਜਾਂਦੇ ਨੇ ਐਡ ਦੇ, ਉਹ ਵੀ ਜੇਬ 'ਚ ਜਾਂਦਾ। ਆਪਾਂ ਐਡ ਦੇਖਦੇ ਹਾਂ, ਸਮਾਨ ਲੈ ਕੇ ਆ ਜਾਂਦੇ ਹਾਂ, ਉਹ ਵੀ ਜੇਬ 'ਚ ਜਾਂਦਾ, ਉਹੀ ਚੀਜ਼ ਮੰਗਦੇ ਨੇ ਵੀ ਆਪਣੇ ਬਾਪ ਦਿਮਾਗ 'ਚ ਪਾ ਦਿੱਤਾ ਜਾਂਦਾ ਐਡ ਰਾਹੀਂ, ਵੀ ਆਹ ਪ੍ਰੋਡਕਟ ਲਓ, ਆਹ ਵਧੀਆ। ਮਕਸਦ ਇਹਨਾਂ ਦਾ ਇਹੀ ਸਮਝਾਉਣ ਦਾ ਸੀ। ਬਾਕੀ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ, ਨੰਬਰ ਵੀ ਨੀਚੇ ਹੈਗਾ, ਮੈਂ ਕੈਮਰਾ ਮੈਨੂੰ ਕਹੂੰਗਾ ਇੱਕ ਦੀ ਦਿਖਾ ਦੇਣ, ਨੰਬਰ ਨੀਚੇ ਹੈਗਾ ਇਹਨਾਂ ਨਾਲ, ਤੁਸੀਂ ਕੰਟੈਕਟ ਕਰ ਸਕਦੇ ਹੋ। ਜੇ ਤੁਹਾਡਾ ਕੋਈ ਵੀ ਸਵਾਲ ਹੈ ਫੋਨ 'ਤੇ ਇਹਨਾਂ ਨੂੰ ਪੁੱਛ ਸਕਦੇ ਹੋ, ਵੀ ਕੋਈ ਚੀਜ਼ ਦੀ ਜਾਣਕਾਰੀ ਲੈਣੀ ਹੋਵੇ, ਭਾਅ ਜੀ ਨੇ ਆਪਣੀ ਗੱਲਬਾਤ ਸਾਰੀ ਰੱਖ ਦਿੱਤੀ ਆ। ਅਤੇ ਤੁਹਾਨੂੰ ਕਿਸਾਨੀ ਸੰਘਰਸ਼ ਦੀਆਂ ਲਗਾਤਾਰ ਤਸਵੀਰਾਂ ਅਸੀਂ ਦਿਖਾਉਂਦੇ ਰਹਾਂਗੇ, ਅਤੇ ਪੰਫਲੇਟ ਵੀ ਇਹਨਾਂ ਕੋਲ ਲੈ ਸਕਦੇ ਹੋ, ਪੰਫਲੇਟ ਵੀ ਇਹਨਾਂ ਕੋਲ ਹੈਗਾ, ਪੰਫਲੇਟ ਵੀ ਤੁਸੀਂ ਲੈ ਸਕਦੇ ਹੋ ਇਹਨਾਂ ਕੋਲ।